आ भी दिन देखने सी झाकदा बिटर बिटर जलूस कढ़ा के रखता साडा सारे पिंड दे विच पर जे पतंदरा इहनू ले जाना ही सी ते जंदा तोड़ के लै जांदा इहनू कानू देड़ के रख दित्ता ई नाले बापू तू तां इहदे नां ते 10 किले जमीन लवाउण नू फिरदा सी ओ बेच देणी सी हुण तक इहने सारी ओ बापू आ हाथ जोड़े तेरे अगे जान तों पहलां जमीन वाला पंगा नबेड़ के जाई मैं जाणा किते सौरे जाणा तां ਉਹ ਜਿਹੜੀ ਸਾਡੇ ਤਿੰਨੇ ਭਰਾਵਾਂ ਦੇ ਹਿੱਸੇ 10-10 ਕਿੱਲੇ ਆਉਂਦੀ ਆ ਨਾ ਜੇ ਉਹ ਬਚਾਉਣੀ ਆ ਉਹਦੇ ਦੋ ਹਿੱਸੇ ਕਰ ਦੇ ਕਰਕੇ ਵੇਖੋ ਜ਼ਮੀਨ ਦੇ ਦੋ ਹਿੱਸੇ ਜਿਵੇਂ ਇਹਨਾਂ ਦੋਵਾਂ ਦੇ ਨਿਆਣੇ ਨਾ ਭੁੱਖੀ ਤੇ ਲਾਤੇ ਫਿਰ ਗੱਲ ਕਰਿਓ ਜੇ ਕੋਈ ਬੰਦਾ ਭਟਕ ਕੇ ਗਲਤ ਰਾਹ ਤੇ ਪੈ ਗਿਆ ਇਹਦਾ ਮਤਲਬ ਇਹ ਥੋੜਾ ਵਾ ਵੀ ਅਸੀਂ ਉਹਦੇ ਨਾਲ ਧੱਕਾ ਕਰ ਦਈਏ ਵੇ ਗੱਲ ਸੁਣੋ ਤੁਸੀਂ ਛੋਟੇ ਨਾਲ ਐ ਨਾ ਕਰੋ ਓਏ ਮਾਤਾ ਅਸੀਂ ਇਹਦੇ ਭਲੇ ਦੀ ਇਹ ਗੱਲ ਕਰਦੇ ਆ ਜੇ ਸਾਡੇ ਦੋਨੇ ਭਰਾਵਾਂ ਦੇ ਨਾਂ ਤੇ 15-15 ਕਿੱਲੇ ਲਵਾ ਦੋਗੇ ਤਾਂ ਘੱਟੋ ਘੱਟ ਸਾਰੀ ਉਮਰ ਇਹਨੂੰ ਰੋਟੀ ਤਾਂ ਦਿੰਦੇ ਰਹਾਂਗੇ ਨਾਗੇ ਤੇ ਬੜੀ ਰੋਟੀ ਖਾ ਰਿਹਾ ਮੈਂ ਮੈਨੂੰ ਸੋਚਣ ਦਾ ਟਾਈਮ ਤਾਂ ਦਿਓ ਓ ਬਾਪੂ ਟਾਈਮ ਹੀ ਤਾਂ ਤੇਰੇ ਕੋਲ ਹੈ ਨਹੀਂ ਇਹਨੇ ਕਿਤੇ ਅੱਜ ਵਰਗਾ ਇੱਕ ਅੱਧਾ ਝਟਕਾ ਹੋਰ ਦੇਤਾ ਨਾ ਤੈਨੂੰ ਤੂੰ ਪਾਰ ਬੋਲ ਜਾਣਾ ਆ ਤਹਿਸੀਲਦਾਰ ਨਹੀਂ ਨੇ ਤੈਨੂੰ ਸਿੱਖ ਕਰਾ ਦੇਣੀ ਆ ਜ਼ਮੀਨ ਤੇ ਬਣਦੇ ਹੀ ਤਿੰਨ ਨੇ ਇਹਨਾਂ ਦੇ ਜਾਣ ਬਾਅਦ ਕਿੰਨੇ ਵੇਖਿਆ ਤੁਸੀਂ ਇਹਨੂੰ ਰੋਟੀ ਦਿਓ ਨਾ ਦਿਓ ਤੂੰ ਤਕੜੀ ਰਹਿ ਭੈਣ ਜੀ ਨਹੀਂ ਗੱਲ ਸੁਣ ਚੰਨੀਏ ਗੱਲ ਤਾਂ ਇਹਨਾਂ ਦੀ ਵੀ ਠੀਕ ਹੈ ਨਸ਼ਿਆਂ ਦਾ ਮਾਰਿਆ ਪਿਆ ਜੇ ਵੇਚ ਵੱਟ ਗਿਆ ਤੇ ਇਹਦਾ ਕੀ ਬਣੂਗਾ ਤੇ ਫਿਰ ਇਹਦਾ ਵਿਆਹ ਕਰ ਦਿਓ ਜਨਾਨੀਆਂ ਨੇ ਤਾਂ ਵੱਡਿਆਂ ਵੱਡਿਆਂ ਨੂੰ ਸੇਵੀਆਂ ਵਟਣ ਲਾਤਾ ਨੀ ਨਸ਼ਿਆਂ ਪੱਖੋਂ ਤਾਂ ਪਹਿਲਾਂ ਹੀ ਬਦਨਾਮ ਹੈ ਹੁਣ ਆ ਥਾਣੇ ਵਾਲੀ ਗੱਲ ਫੈਲ ਜੂ ਨੀ ਇਹਨੂੰ ਕੁੜੀ ਕੌਣ ਦਊ ਤੂੰ ਮੇਰੇ ਤੇ ਛੱਡ ਭੈਣ ਜੀ ਮੈਂ ਆਪੇ ਕਰਾਉਣੀ ਰਿਸ਼ਤਾ ਚਾਚੀ ਇੱਕ ਗੱਲ ਕੰਨ ਖੋਲ ਕੇ ਸੁਣ ਲਾ ਅਸੀਂ ਕੁੜੀ ਵਾਲਿਆਂ ਨਾਲ ਧੋਖਾ ਨਹੀਂ ਕਰਨਾ ਅਸੀਂ ਉਹਨਾਂ ਨੂੰ ਸਾਫ਼ ਸਾਫ਼ ਦੱਸ ਦੇਣਾ ਕਿ ਮੁੰਡਾ ਨਸ਼ੇ ਕਰਦਾ ਅੱਗੋਂ ਉਹਨਾਂ ਦੀ ਮਰਜ਼ੀ ਆ ਜੇ ਫਿਰ ਵੀ ਖੂਹ 'ਚ ਧੱਕਾ ਦਿੰਦੇ ਆ ਤਾਂ ਦਈ ਜਾਣ ਆਹੋ ਤੇ ਤੂੰ ਸਕੂਟਰ ਰਾਜ ਤੋਂ ਬਾਅਦ ਕਮਰੇ ਦੇ ਅੰਦਰ ਹੀ ਖੜਾ ਕਰਨਾ ਹੈ ਸਕੂਟਰ ਤੇ ਭਾਵੇਂ ਮੇਰੇ ਵੱਲੋਂ ਤੂੰ ਆਪਣੇ ਨਾਲ ਬੈਠ ਤੇ ਲੰਮੇ ਪਾ ਲਿਆ ਕਰ ਮੈਂ ਇੱਥੇ ਪਿੰਜਰੇ 'ਚ ਪੈ ਜਿਆ ਕਰਾਂਗਾ ਫਿਰ ਵੇਖਾਂਗਾ ਮੈਨੂੰ ਕਿਵੇਂ ਖੋਲਦਾ ਏ ਨਸ਼ੇੜੀ ਦੇ ਖੁੱਲ ਗਏ ਭਾਗ ਜੇ ਅਸੀਂ ਤੁਹਾਨੂੰ ਘਰ ਦੇ ਬਾਹਰ ਟੈਂਟ ਲਾਉਣ ਦਿੱਤੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਕੂਲਰ ਚੱਕ ਲਿਓ ਮਨ ਕੋ ਨਹੀਂ ਠਾਏ ਥਾਰੂ ਕੂਲਰ ਸਰਦਾਰ ਜੀ ਹਾਂ ਵੈਸੇ ਵੀਰ ਜੀ ਮੈਨੂੰ ਤੇ ਬਹੁਤ ਚੰਗੇ ਘਰ ਦੀਆਂ ਲੱਗ ਰਹੀਆਂ ਮੈਨੂੰ ਨਹੀਂ ਲੱਗਦਾ ਇਹਨਾਂ ਕੂਲਰ ਚੁੱਕਿਆ ਹੋਣਾ ਤੇ ਆਪਣੇ ਰੋੜ ਕੇ ਆ ਗਿਆ ਇੱਥੇ ਹਮਨੇ ਨਹੀਂ ਪਤੋ ਮਰੀ ਹਾਲਤ ਦੇਖੋ ਹਮ ਤੋ ਰਾਤ ਨੇ ਸੋ ਰਹੀ ਥੀ ਸੁਤੀ ਪੜੀ ਨੇ ਕੂਲਰ ਲਗਾ ਗਿਓ ਕੋਈ ਹਾਂ ਸਾਰਾ ਠੰਡ ਮੇ ਮਰ ਗਈ ਹਮ ਦੋਨੋ ਕੁੰਗੜ ਕੁੰਗੜ ਕਾ ਹਾਂ ਚਲੋ ਛੱਡੋ ਨਾ ਵੀਰ ਜੀ ਉਹ ਵਿਚਾਰੀਆਂ ਠੰਡੀਆਂ ਹੋਈਆਂ ਪਈਆਂ ਤੁਸੀਂ ਗਰਮ ਹੋਈ ਜਾਂਦੇ ਹੋ ਹੋਰ ਨਾ ਕਿਤੇ ਸਰਦ ਗਰਮ ਹੋ ਜਾਣ ਵਿਚਾਰੀਆਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਤੂੰ ਇਹਨਾਂ ਦੀ ਬੜੀ ਸਾਈਡ ਲੈਣ ਲੱਗਿਆ ਹੋਇਆ ਦਰਅਸਲ ਵੀਰ ਜੀ ਇਹ ਜਿਹੜਾ ਕੂਲਰ ਹੈ ਨਾ ਇਹ ਤੁਹਾਡੇ ਛੋਟੇ ਵੀਰ ਨੇ ਲਾਇਆ ਇੱਕ ਉਹ ਤੂੰ ਲਾਇਆ ਇਹਨੂੰ ਨਹੀਂ ਇਹ ਸਮਝ ਲਓ ਕਿ ਮੇਰੇ ਕੋਲੋਂ ਲੱਗ ਗਿਆ ਬਸ ਰਾਤ ਨਾ ਗਰਮੀ 'ਚ ਤੜਪਦੀਆਂ ਮੇਰੇ ਕੋਲੋਂ ਵੇਖੀਆਂ ਨਹੀਂ ਗਈਆਂ ਮੇਰਾ ਰੋਣਾ ਨਿਕਲ ਗਿਆ ਮੈਂ ਲਾਤਾ ਲਿਆ ਤੇ ਅਸੀਂ ਪਿਓ ਪੁੱਤ ਪਹਾੜਾਂ 'ਚ ਸੁੱਤੇ ਪਏ ਸੀ ਤੇ ਸਾਡਾ ਵਰਾਂਡਾ ਸੋਲਣ 'ਚ ਪੈਂਦਾ ਨਹੀਂ ਨਾ ਵੇਖੋ ਨਾ ਵੀਰ ਕੀ ਹੈ ਕਿ ਬੰਦੇ ਐਡਜਸਟ ਕਰ ਜਾਂਦੀ ਹੈ ਜਨਾਨੀਆਂ ਨੂੰ ਜ਼ਿਆਦਾ ਕੇਅਰ ਚਾਹੀਦੀ ਹੁੰਦੀ ਹੈ ਸ਼ਾਬਾਸ਼ ਤੇਰੇ ਜਿਹੜੀ ਵਿਆਹ ਕੇ ਲਿਆ ਉਹ ਤਾਂ ਸੰਭਾਲੀ ਨਹੀਂ ਜਾਂਦੀ ਲੱਗਿਆ ਬਾਹਰਲੀਆਂ ਨੂੰ ਸੰਭਾਲਣ ਜੇ ਮੈਨੂੰ ਸੁੱਤਾ ਪੈ ਨੂੰ ਡੇਂਗੂ ਮੱਛਰ ਲੜ ਜਾਂਦਾ ਮੈਨੂੰ ਕਿਹਨੇ ਸਾਂਭਣਾ ਸੀ ਨਹੀਂ ਨਹੀਂ ਵੀਰ ਜੀ ਆਹੀ ਤੇ ਗੱਲ ਹੈ 5 ਵਜੇ ਤੋਂ ਬਾਅਦ ਡੇਂਗੂ ਮੱਛਰ ਹੁੰਦਾ ਹੀ ਨਹੀਂ ਹੈ 5:30 ਬਹੁਤ ਸੋਚ ਸਮਝ ਕੇ ਤੁਹਾਡੇ ਭਰਾ ਨੇ ਕੂਲਰ ਨੂੰ ਹੱਥ ਪਾਇਆ ਜੇ ਤੇਰੀ ਇਹ ਸਮਝ ਬਾਰੇ ਤੇਰੀ ਘਰਵਾਲੀ ਨੂੰ ਸਮਝ ਪੈ ਗਈ ਨਾ ਵੀ ਘਰਦਿਆਂ ਨੂੰ ਗਰਮੀ 'ਚ ਮਾਰ ਕੇ ਬਾਹਰਲੀਆਂ ਨੂੰ ਠੰਡ ਵਰਤਾਉਂਦਾ ਫਿਰਦਾ ਤੇਰੇ ਖੜੇ ਖੜੇ ਦੇ ਸੈੱਲ ਡਾਊਨ ਹੋ ਜਾਣੇ ਸਰਦਾਰ ਜੀ ਕੂਲਰ ਥਾਰੋ ਠਾਕ ਯੋ ਲੈ ਕੇ ਆਇਓ ਮਨ ਦੇ ਵਿੱਚ ਮੈਂ ਕਿਉਂ ਘਸੀਟੋ ਤਾਂ ਮਾਫ ਕਰਨਾ ਜੀ ਪੈਸਾ ਖੋਟਾ ਆਪਣਾ ਬਾਣੀਏ ਨੂੰ ਕੀ ਦੋਸ਼ ਉਹ ਕੀ ਬਿਟਰ ਬਿਟਰ ਝਾਕਦਾ ਉਧਰ ਮਾਰ ਪਿਓ ਨੂੰ ਧੱਕਾ ਉਹ ਸਾਲਿਆ ਮੈਨੂੰ ਨਹੀਂ ਕੂਲਰ ਨੂੰ ਡੈਡੀ ਮੈਂ ਕਹਿੰਦਾ ਯੂਨੀਅਨ ਤਾਂ ਛੋਟਾ ਹਾਥੀ ਨਾ ਮੰਗਾ ਲਈਏ ਜੇ ਛੋਟਾ ਹਾਥੀ ਇਹ ਮੰਗਾਉਣਾ ਆ ਚਿੱਟੇ ਸੂਰ ਦਾ ਮੈਂ ਚਾਰ ਪਾਉਣਾ ਚੱਲ ਮਾਰ ਧੱਕਾ ਆਂਟੀ ਜੀ ਘਾਗਰਾ ਬਚਾ ਕੇ ਚਲੋ ਚਲੋ ਮੈਂ ਆਪਣਾ ਖਿਆਲ ਰੱਖੋ ਹਾਂ ਮੈਂ ਤਾਂ ਘਾਗਰੋ ਬਚਾਈ ਲੇਂਗੇ ਹਾਂ ਲਓ ਜੀ ਮੈਂ ਕੂਲਰ ਕੱਲਾ ਹੀ ਚੁੱਕ ਲਿਆ ਸੀ ਆ ਪਿਓ ਪੁੱਤ ਕਿੱਲਣ ਲੱਗੇ ਹੋਏ ਨੇ ਮੈਨਾਂ ਤੋਂ ਪਹਿਲੇ ਬੋਲਿਓ ਥੋ ਇਸ ਗਾਮ ਮੈਂ ਕੋਈ ਵੀ ਮਾਨਸ ਚੋਖੋ ਕੋ ਨਹੀਂ ਕੋ ਬਾਤ ਨਹੀਂ ਹੁਕਮ ਜੀ ਕੀ ਮੈਂ ਦਿਓ ਹੈ ਕੁਛ ਲਿਓ ਤੋ ਨਹੀਂ ਹਾਂ ਚਲੋ ਮੇਰੇ ਕਰਕੇ ਤੁਹਾਨੂੰ ਪਰੇਸ਼ਾਨੀ ਹੋਈ ਮੇਰੇ ਵੱਲੋਂ ਬਹੁਤ ਬਹੁਤ ਸੌਰੀ ਇਹ ਭੁਕਮ ਨਾਨ ਦੁਨ ਕੱਠੇ ਜਾਵਾਂ ਉਹੜਾ ਖਾੜ ਜੋੜ ਰੱਖੀ ਉਸਕੇ ਪਿੱਛੇ ਨਾ ਲਿਓ ਹੋ ਕੀ ਬਾਤ ਕਰ ਰਹੇ ਹੋ ਇੱਕਦਮ ਖੁੱਲਾ ਮੈਂ ਨਾ ਮਾਂ ਨਾ ਪਹਿਲਾਂ ਕਹਿ ਤਰਾ ਨਾਇਆ ਕਰ ਤੋ ਤੂੰ ਤਾਂ ਨਿਊ ਕਹਿ ਰਹੀ ਜਣੋ ਪਹਿਲੀ ਵਾਰ ਕੋਣ ਬੇ ਮੈਂ ਆਈ ਹੋ ਨਾ ਨਾ ਯੂ ਤੂੰ ਪਤ ਬਾਹਰ ਠੰਡੋ ਹੈ ਨਾ ਬੁਖਾਰ ਚੜ ਗਿਓ ਤੋ ਬੋਲੋ ਬੋਲੋ ਹਾਂ ਰੇ ਮਾਰੇ ਕੋਣ ਬੇ ਮੈਂ ਤਾਂ ਨਿਊ ਨਾਇਆ ਕਰੇ ਵੈਸੇ ਸਾਡੇ ਘਰ ਵੀ ਗੁਸਲਖਾਨੇ ਬਹੁਤ ਸੋਹਣੇ ਤੁਸੀਂ ਚਾਹੋ ਤੇ ਉੱਥੇ ਆ ਕੇ ਨਾ ਲਓ ਨਾ ਨਾ ਸਰਦਾਰ ਜੀ ਇਹ ਥਾਰੇ ਘਰ ਕੇ ਬਾਹਰ ਪੜੇ ਤੋ ਇਹ ਹਾਲਤ ਹੋ ਗਈ ਭੀਤਰ ਪਤਾ ਨਹੀਂ ਕੀ ਕਰੋਗੇ ਨਹੀਂ ਨਹੀਂ ਇਹ ਮੇਰੀ ਗਰੰਟੀ ਹੈ ਤੁਹਾਨੂੰ ਜਿਹੋ ਜਿਹੀਆਂ ਲੈ ਕੇ ਜਾਵਾਂਗਾ ਨਾ ਉਹ ਜਿਹੀਆਂ ਛੱਡ ਕੇ ਜਾਵਾਂਗਾ ਪੱਕੋ ਪੱਕੋ ਅੰਮਾ ਚੱਲੇ ਚੱਲੋ ਬੇਟੀ ਆਓ ਜੀ
असरदार जी मैं भी चलूं। हुकम जी बेनती है भी इथे नाल ही नहर है तुसी ओथे चुभी लाड़ो जाके अरे ना ले जाओ इथों एनू बस तुसी हुण अपना घर समझो निश्चिंत हो जाओ बस ਇਹ ਕਿਨਾਂ ਨੂੰ ਲਈ ਆਉਣਾ ਗੰਗਾ ਜੀ ਤੇ ਆਪਣੀ ਰਾਧਾ ਅੱਜ ਸਾਹਮਣੇ ਨਵੇਂ ਗਵਾਂਢੀ ਨਹੀਂ ਆਏ ਆਪਣੇ ਇਹਨਾਂ ਨੇ ਇਸ਼ਨਾਨ ਕਰਨਾ ਸੀ ਤੇ ਮੈਂ ਕਿਹਾ ਚਲੋ ਇੱਥੇ ਹੀ ਕਰ ਲੈਂਦੇ ਨਾ ਇਸ਼ਨਾਨ ਨੂੰ ਆਪਣੇ ਇੱਥੇ ਮੱਸਿਆ ਲੱਗਦੀ ਹੈ ਵੱਡਾ ਸਮਾਜ ਸੇਵੀ ਹਾਂਜੀ ਉਹ ਮੇਰੀ ਘਰ ਵਾਲੀ ਬੜੀ ਗੁੱਸੇ ਵਾਲੀ ਲੱਗੇ ਥਾਰੀ ਘਰ ਵਾਲੀ ਹਾਂ ਬਸ ਘਰ ਵਾਲੀਆਂ ਤਾਂ ਫਿਰ ਇੱਦਾਂ ਦੀਆਂ ਹੀ ਹੁੰਦੀਆਂ ਜੀ ਆ ਮੈਡਮ ਬਾਥਰੂਮ ਇੱਧਰ ਆ ਜਾਓ ਨਾ ਲਓ ਜਾਓ ਮਾਰੀ ਲਾਟੋ ਰਾਨੀ ਪਹਿਲੇ ਧਮੇ ਨਾ ਲਿਓ ਪਹਿਲੇ ਮੈਂ ਨਾ ਲੂੰ ਅਮਾ ਬਸ ਨਾ ਲਿਓ ਮਲ ਮਲ ਕੇ ਚਾ ਮੈਂ ਤੇ ਆ ਜਾਓ ਆ ਜਾਓ ਜੀ ਇਹਦੇ ਨਾਲ ਹੀ ਬਾਥਰੂਮ ਅਰੇ ਮੱਥਾ ਨੋਪੜ ਵਾਲੀ ਹੈ ਸਰਦਾਰ ਜੀ ਇਹ ਆਪਣਾ ਬਾਥਰੂਮ ਹੈ ਜੀ ਇਹਦੇ ਅੰਦਰ ਹੀ ਸਾਰਾ ਤੌਲੀਆ ਤੇ ਹਰਬਲ ਸ਼ੈਂਪੂ ਪਿਆ ਆ ਜਾਓ ਤੇ ਜੇ ਤੁਸੀਂ ਕਹੋ ਤੇ ਮੈਂ ਨਾ ਲਾ ਕੇ ਦਿਖਾ ਦਿੰਦਾ ਸਾਰੀ ਸਰਦਾਰ ਜੀ ਮੈਂ ਖੁਦ ਦੇਖ ਲੂੰਗੀ ਵੀ ਤੇ ਉਹਨਾਂ ਨੇ ਨਹਾਉਣਾ ਸ਼ੁਰੂ ਕਰਤਾ ਤੇ ਤੁਸੀਂ ਇੱਧਰ ਆ ਜਾਓ ਆਂਟੀ ਜੀ ਉਨੀ ਦੇਰ ਠੀਕ ਹੈ ਬੇਟਾ ਆ ਜਾਓ ਚੱਲੋ ਆ ਜਾਓ ਜੀ ਇੱਧਰ ਆ ਜਾਓ ਬੈਠੋ ਜੀ ਓਏ ਮਾਂ ਸੋਫਾ ਕੱਟੇ ਕੇ ਨਹੀਂ ਆਂਟੀ ਜੀ ਫਿਰ ਕੁੱਤੇ ਕੀ ਤਰ੍ਹਾਂ ਬਾਂਧ ਕੇ ਰੱਖਿਆ ਵੈਸੇ ਹੀ ਪਿਆਰ ਨਾਲ ਹੀ ਬੰਨੇ ਆ ਜੀ ਆਂਟੀ ਜੀ ਵੈਸੇ ਤੁਸੀਂ ਆਂਟੀ ਲੱਗਦੇ ਨਹੀਂ ਹੈਗੇ ਤੁਸੀਂ ਪਤਾ ਕੀ ਲੱਗਦੇ ਹੋ ਰਾਧਾ ਦੀ ਦੀਦੀ ਉਹ ਵੇ ਛੋਟੀ ਮਾਰੋ ਵਿਆਹ ਛੇਤੀ ਹੋ ਗਿਆ ਔਰ ਰਾਧਾ ਕੇ ਪਾਪਾ ਨੇ ਵੀ ਛੇਤੀ ਥੀ ਔਰ ਛੇਤੀ ਛੇਤੀ ਮੈਂ ਰਾਧਾ ਹੋ ਲਈ ਛੇਤੀ ਛੇਤੀ ਜੀ ਕਮਾਲ ਕਰਦੀ ਤੁਸੀਂ ਵੈਸੇ ਜੇ ਤੁਹਾਨੂੰ ਕਿਤੇ ਖੁੱਲਾ ਟਾਈਮ ਮਿਲ ਜਾਂਦਾ ਤੁਸੀਂ ਤੇ ਰਾਧਾ ਵਾਲੀ ਅੱਗ ਲਾ ਦੇਣੀ ਸੀ ਰਾਧਾ ਨਾ ਲੇ ਮੈਂ ਵੀ ਨਾ ਲਿਓ ਆ ਥੋੜਾ ਪਿੱਛੇ ਨਹਿਰ ਦੀ ਨਾ ਲਿਆ ਜੀ ਪਾਣੀ ਪਸੰਦ ਆਇਆ ਸਾਡਾ ਆਂਟੀ ਜੀ ਤੁਹਾਡੇ ਲਈ ਵੀ ਤੌਲੀਆ ਰੱਖ ਦਿੰਦਾ ਮੈਂ ਬੇਕਨਾ ਲਾਈ ਮੁੜ ਕੇ ਪੈਂਦੀ ਨਹੀਂ ਸਿਰ ਤੇ ਆਂਟੀ ਤੌਲੀਆ ਰੱਖ ਦਿੱਤਾ ਜੀ ਤੁਹਾਡੇ ਲਈ ਤੁਮ ਨਾ ਹਾਲੋ ਅੰਮਾ ਠੀਕ ਹੈ ਆਈ ਬੇਟਾ ਰੱਖਤਾ ਤਾਂ ਹਾਂ ਇਹ ਮੈਂ ਚੱਲੂ ਨਹੀਂ ਉਹ ਮੈਂ ਛੱਡ ਕੇ ਆਉਣਾ ਤੁਹਾਨੂੰ ਥਾਰੀ ਘਰ ਵਾਲੀ ਇਹ ਮੈਂ ਵੈਸੇ ਛੱਡ ਦੇਣੀ ਹੈ ਆ ਜਾਓ ਵੇਖੋ ਜੀ ਜਨਾਨੀ ਤਾਂ ਉਹ ਹੁੰਦੀ ਹੈ ਨਾ ਜਿਹਨੂੰ ਨਹਾ ਕੇ ਸਿਰ 'ਤੇ ਤੌੜੀਆ ਬੰਨਣਾ ਤਾਂ ਆਉਂਦਾ ਹੋਵੇ ਨਹੀਂ ਜੀ ਆ ਜਾਓ ਚਾਚੀ ਤੇਰਾ ਦਿਮਾਗ ਖਰਾਬ ਆ ਕਿੱਥੇ ਰਿਸ਼ਤਾ ਕਰਾਉਣ ਲੱਗੀਆਂ ਉਹ ਕੱਟੇ ਤੇ ਕਾਠੀ ਪਾਉਣ ਲੱਗੀਆਂ ਕੱਟਦੇ ਵੀ ਤੇ ਪਈਆਂ ਹੀ ਆ ਕਾਠੀ ਘੋੜਿਆਂ ਤੇ ਪੈਂਦੀ ਹੁੰਦੀ ਆ ਕਟੜੂਆਂ ਤੇ ਨਹੀਂ ਮਾਰ ਐਡੀ ਸੋਹਣੀ ਆ ਕੀ ਘਾਟ ਆ ਇਹਦੇ ਚ ਨਹੀਂ ਨਹੀਂ ਸੋਹਣੀ ਤੇ ਬਹੁਤ ਹੈ ਇਸ ਗੱਲ ਨਾਲ ਮੈਂ ਵੀ ਸਹਿਮਤ ਹਾਂ ਪਰ ਵੇਖੋ ਨਾ ਮੁੰਡੇ ਦਾ ਸੁੱਖ ਨਾ ਪਹਿਲਾ ਵਿਆਹ ਦੂਜਾ ਹੋਵੇ ਤੇ ਬੰਦਾ ਕਹਿੰਦਾ ਵੀ ਚਲੋ ਚਲੋ ਬੁੜੀ ਤਾਂ ਸੋਹਣੀ ਹੈ ਲੈ ਤੂੰ ਵੀ ਦੇਖ ਲੈ ਸੋਹਣੀ ਹੀ ਹੋਊ ਆਪਾਂ ਦਾ ਤਾਂ ਕੋਈ ਚੀਵੀ ਨਿੰਦੀ ਹੋਈ ਨਹੀਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਦੋਂ ਆ ਕੰਮ ਦੀ ਗੱਲ ਕਰਨੀ ਹੁੰਦੀ ਹੈ ਵਿਹੜਾ ਨੂੰ ਵਿੱਚ ਕਿਉਂ ਬਿਠਾਉਂਦੇ ਹੋ ਯਾਰ ਓ ਯਾਰ ਇਹਨਾਂ ਨੂੰ ਸਾਈਡ ਤੇ ਬਿਠਾ ਦਈਏ ਤੇ ਗੰਦੀਆਂ ਗੱਲਾਂ ਸ਼ੁਰੂ ਕਰ ਦਿੰਦੇ ਨੇ ਮਾਤਾ ਚਾਚੀ ਦੀਆਂ ਗੱਲਾਂ 'ਚ ਆਉਣ ਦੀ ਲੋੜ ਨਹੀਂ ਅਸੀਂ ਲਾਡੀ ਦਾ ਵਿਆਹ ਇੱਥੇ ਨਹੀਂ ਹੋਣ ਦੇਣਾ ਆਪੇ ਮੈਂ ਆਪਣੇ ਸਹੁਰੇ ਮੂਹਰੇ ਹੱਥ ਪੈਰ ਜੋੜ ਕੇ ਇਹਦੇ ਲਈ ਕੁੜੀ ਲਿਆ ਦੋ ਨਾ ਹੁਣ ਤੱਕ ਹੱਥ ਪੈਰ ਕਿਉਂ ਨਾ ਜੋੜੇ ਤੂੰ ਨਾ ਅੱਜ ਤੱਕ ਦਿੱਤੀ ਕਿਸੇ ਨੇ ਇਸ ਨੂੰ ਕੁੜੀ ਓਏ ਦਲਜੀਤ ਆ ਮਿੰਤ ਵਾਲੀ ਗੱਲ ਹੈ ਆਪਣੇ ਪੇਕੇ ਜਾ ਕੇ ਵੇਖ ਕੋਈ ਬਸੀ ਖੁਸ਼ੀ ਕੁੜੀ ਸਾਈਡ ਤੇ ਲੱਗੀ ਹੋਵੇ ਤੇਰੇ ਤੋਂ ਛੋਟੀ ਇਹ ਤਾਂ ਛੋਟੀ ਹੋਰ ਕੀ ਹੋਊ ਦੋਵੇਂ ਜਾਣੇ ਕੰਨ ਖੋਲ ਕੇ ਗੱਲ ਸੁਣ ਲਓ ਮੇਰੀ ਤੁਹਾਡੀ ਮਾਂ ਬੋਲੇ ਨਾ ਬੋਲੇ ਪਰ ਮੈਂ ਚੁੱਪ ਨਹੀਂ ਰਹਿਣਾ ਮੈਨੂੰ ਪਤਾ ਜਿਹੜੇ ਤੁਹਾਨੂੰ ਚਮੂਣੇ ਲੜ ਰਹੇ ਦੋਵਾਂ ਜਾਣਿਆਂ ਨੂੰ ਮਾਰ ਇਹਦੀ ਜ਼ਮੀਨ ਦੱਬਣ ਨੂੰ ਫਿਰਦੇ ਜੇ ਚਾਚੀ ਸਾਡੇ ਭਰਾਵਾਂ ਦੇ ਵਿੱਚ ਸਿੰਘ ਨਾ ਫਸਾ ਦੀ
लाला जड़े इल्जाम लाने हैं पर असी इहदा विआह इत्थे नहीं होण देना पा तू के घुंघणिया पाके बैठा मूच मार दबका जे कुछ बोलन जोगा हुंदा त्या मुंडिया दी की हिम्मत सी के अगों बोल दे कान खोल के सुन लो मुंडियो विआह ता लाडी दा इत्थे ही होऊगा तू दस काका तेरे वलों हां बेबे मैनू की तरह आ जा जिथे कहोगे मैं ते कर ही लेना पर कड़म जदों नूं समझा दो कल कि ओनू जिंदा लाके बैठे रहन इन्हां नूं कौन पुछदा मैं कर दी गंगा कुड़मणी नाल गल कर डब्बे तैयार तू हां चन्नीए तू कर गल छोटे भाई 5-10 किले जमीन पिछे सरदार भुब्बा मार के रोंदे चंगे नहीं लगते जमीन पिछे केड़ा रोंदा तेरे छोटे वीर ने ना लादा नाल दूजा ब्याह करना सी ओए तू भी दा की मतलब सता जी तुहाडी भी राधा नाल ओके रिपोर्ट सी राधा दी मां नाल मैं ता गंगा नू इस घर दी वड्डी नौ बनाउण नू फिरदा सी साला बेड़ा पै जे नछेड़ी दा साले दे साडे बुढ़े दी कुड़बुड़ी बना के धरती वैसे वीर जी भुक्की खाण वाले साले किन्ने साल कढ जांदे हुंदे जिद्दां दी इहनू रन मिली आ ना इह तां साला 100 साल नहीं हिलदा इह वाह हिले ना हिले 200 भी बंदे हिला के रख दिते ने आपां पैग वीरे काहदे पैग ओए सालिया मुर गया जे अज मंगलवार ना ना हुंदा ਤਾਂ ਤੈਨੂੰ ਦੱਸ ਦਿੰਦੇ ਕਿ ਸਾਲਿਆ ਕਿਵੇਂ ਫੜਫੜ ਕਰੀਦਾ ਵੈਸੇ ਇੱਕ ਗੱਲ ਹੈ ਵੀਰ ਜੀ ਮੁਰਗਾ ਭਾਵੇਂ ਜਿੰਦਾ ਹੋਵੇ ਤੇ ਭਾਵੇਂ ਹੋਵੇ ਵੱਡਿਆ ਤਾਂ ਦਾਰੂ ਪੀਣ ਦੇ ਸਵਾਦ ਮੁਰਗੇ ਲੈ ਲਈਏ ਮੈਂ ਤਾਂ ਲੁੱਟ ਗਈ ਲੈ ਮੈਂ ਆਪਣੀ ਅੱਖਾਂ ਨਾਲ ਵੇਖ ਕੇ ਆਇਆ ਰਾਧਾ ਉਹ ਤੇ ਏਦਾਂ ਹੱਥ 'ਚ ਹੱਥ ਪਾਈ ਫਿਰਦਾ ਸੀ ਨਾ ਉਹਦੇ ਜਿੱਦਾਂ ਸ਼ਹਿਰ 'ਚ ਨਹੀਂ ਵੇਖੀ ਦਾ ਮੌਲਾਂ ਦੇ ਵਿੱਚ ਬੰਦੇ ਜਨਾਨੀ ਨੇ ਹੱਥ 'ਚ ਹੱਥ ਪਾਇਆ ਹੁੰਦਾ ਆ ਵੇਖ ਨਾ ਲਾਈਕ ਦਿਸ ਏਦਾਂ ਦੁਬਾਰਾ ਕਿਆ ਹੋਊਗਾ ਮੈਂ ਤੇਰਾ ਗਿਰ ਕੀ ਰਹੀ ਰਾਧਾ ਮੂਗੀ ਲੈ ਦੱਸ ਝੱਲੀ ਨਾ ਹੋਵੇ ਤੂੰ ਕਿਉਂ ਰੋਨੀ ਹੈ ਤੂੰ ਦਫਾ ਕਰ ਇਹੋ ਜਿਹੇ ਬੰਦੇ ਨੂੰ ਮਾਰ ਵੱਟ ਕੇ ਤਲਾਕ ਉਹਦੇ ਮੂੰਹ ਤੇ ਤਲਾਕ ਨਹੀਂ ਮੈਂ ਕੋਈ ਗਲਤ ਗੱਲ ਕਹਿਤੀ ਦੇਖ ਰਾਧਾ ਮੇਰੀ ਨੀਅਤ ਸਾਫ਼ ਹੈ ਤਾਂ ਤੈਨੂੰ ਮੈਂ ਤਲਾਕ ਕਿਹਾ ਨਹੀਂ ਤਾਂ ਤੈਨੂੰ ਮੈਂ ਕਹਿਣਾ ਸੀ ਜਿਵੇਂ ਤੇਰਾ ਘਰ ਵਾਲਾ ਪਾਈ ਫਿਰਦਾ ਨਾ ਤੂੰ ਵੀ ਕਿਤੇ ਭੜਕੀ ਪਾ ਲਿਆ ਪਰ ਮੈਂ ਨਹੀਂ ਕਿਹਾ ਕਿਉਂਕਿ ਮੇਰੀ ਨੀਅਤ ਸਾਫ਼ ਹੈ ਤੂੰ ਏਦਾਂ ਕਰ ਤੂੰ ਨਾ ਦੂਜਾ ਵਿਆਹ ਕਰ ਲੈ ਬਸ ਇੱਕ ਵਾਰ ਤਾਂ ਮੇਰੀ ਸ਼ਾਦੀ ਹੋ ਲਿਓ ਅਬ ਮੇਰੇ ਸਾਥ ਦੂਸਰੀ ਵਾਰ ਸ਼ਾਦੀ ਕੌਣ ਕਰੇਗਾ ਲੈ ਦੱਸ ਪਾਗਲ ਉਹ ਤੈਨੂੰ ਮੁੰਡਿਆਂ ਦਾ ਘੱਟ ਹੈ ਕੋਈ ਨਵਾਂ ਨਾਂ ਸਹੀ ਤੇ ਪੁਰਾਣਾ ਮਿਲ ਜੂ ਤਾਂ ਹਾਜੂ ਮੈਂ ਬੜੇ ਸੋਹਣੇ ਸੁਨੱਖੇ ਮੁੰਡਿਆਂ ਨੂੰ ਜਾਣਨਾ ਜਿਨ੍ਹਾਂ ਦਾ ਆਪਣੀ ਮਦਰੀ ਜੀ ਵੋਟੀ ਨਾਲ ਕਲੇਸ਼ ਚੱਲਦਾ ਤੇ ਉਹਨੂੰ ਛੱਡਣ ਨੂੰ ਫਿਰਦੇ ਆਪ ਕਿਤੇ ਸਪੋਰਟਿਵ ਜੇਠ ਹੋ ਜੀ ਐ ਤੂੰ ਬਸ ਜੇਠ ਨਾ ਕਿਆ ਕਰ ਕੱਲਾ ਸਪੋਰਟਿਵ ਕਿਆ ਕਰ ਹਾਲੇ ਤਾਂ ਮੈਂ ਤੈਨੂੰ ਹੋਰ ਬੜਾ ਸਪੋਰਟ ਕਰਨਾ ਫੁੱਲ ਸਪੋਰਟ ਆ ਤੇਰਾ ਘਰ ਵਾਲਾ ਜਿਹੜੇ ਜ਼ਮੀਨ ਜੀ ਦਾ ਰੌਲਾ ਪਾਈ ਫਿਰਦਾ ਮੈਂ ਰੋਕ ਲੈਣੀ ਹੈ ਦੇਣੀ ਨਹੀਂ ਇਹਨੂੰ ਨਾ ਸਰਦਾਰ ਜੀ ਐਸਾ ਮਤ ਕਰਿਓ ਮੈਂ ਹੱਥ ਜੋੜ ਰਹੀ ਹਾਂ ਮੈਂ ਲੁੱਟ ਜਾਊਂਗੀ ਜ਼ਮੀਨ ਉਸੇ ਦੇ ਦੇਣਾ ਪਲੀਜ਼ ਨਹੀਂ ਨਹੀਂ ਤੈਨੂੰ ਤੇ ਬਚਾਉਣਾ ਕਮਲੀਏ ਇੱਕ ਤੇ ਨਸ਼ੇੜੀ ਉਹ ਤਾਂ ਬਾਹਰ ਚੱਕਰ ਚਲਾਈ ਫਿਰਦਾ ਮੈਂ ਨਾ ਜਿਹੜੀ 10 ਕਿੱਲੇ ਹੈ 5-5 ਕਿੱਲੇ ਤੁਹਾਡੇ ਦੋਵਾਂ ਦੇ ਨਾਲ ਵਾ ਦੇਣੀ 5 ਕਿੱਲੇ ਇਸ ਤਰ੍ਹਾਂ ਤੇ ਵੱਧ ਵੀ ਸਕਦੇ ਹਾਂ ਤੂੰ ਬਸ ਆਪਣੀ ਮਾਂ ਨੂੰ ਕਹਿ ਰਾਤੀ ਟਕਾ ਕੇ ਕਲੇਸ਼ ਪਾ ਦੇ ਬਾਕੀ ਕੰਮ ਮੇਰਾ ਜਿਵੇਂ ਤੂੰ ਕਹੇ ਸਰਦਾਰਾ ਓ ਬੱਲੀ ਹਾਂ ਹਾਂਜੀ ਆਇਆ ਆਈ ਸਪੋਰਟ ਯੂ ਵੈਰੀ ਮੱਚ ਰਾਧਾ ਕੌਰ ਭੁੱਲਰ ਸਪੁੱਤਰੀ ਗੰਗਾ ਲਾਡੀ ਤੂੰ ਕਰ ਵੀਰ ਬਣ ਕੇ ਕੁਛ ਯਾਰ ਜੇ ਅਸੀਂ ਫਸ ਗਏ ਨਾ ਤਾਂ ਤੂੰ ਵੀ ਮਰੇਗਾ ਨਾਲ ਮੈਂ ਕਿਉਂ ਮਰੂ ਗੱਲ ਸੁਣ ਲਓ ਮੇਰੀ ਮੈਂ ਤਾਂ ਆਪਦੇ ਘਰਦਿਆਂ ਨੂੰ ਕਦੇ ਕੋਈ ਵਿਆਹ ਤਾਂ ਮੇਰਾ ਤੁਸੀਂ ਕੀਤਾ ਸੀ ਮੈਨੂੰ ਕੀ ਪਤਾ ਮੁੰਡੇ ਨਾਲ ਕਰਤਾ ਘਰ ਵਾਲੇ ਪਾਗਲ ਨੇ ਆਖਣ ਕਿ ਮਹੀਨਾ ਹੋ ਗਿਆ ਤੈਨੂੰ ਉਧਰ ਵਾਲਾ ਰਹਿਣ ਤੈਨੂੰ ਅਜੇ ਤੱਕ ਮੁੰਡੇ ਕੁੜੀ ਦਾ ਪਤਾ ਨਹੀਂ ਲੱਗਿਆ ਇੰਨਾ ਵੀ ਕੋਈ ਛੇੜੀ ਨਹੀਂ ਹੁੰਦਾ ਸਾਲੇ ਮੈਂ ਤੁਹਾਡੇ ਜੀ ਨਾਲ ਲਾਲਚੀ ਬੰਦਾ ਨਹੀਂ ਦੇਖਿਆ ਗੰਗਾ ਇਹ ਗੰਗਾ ਕੀ ਹੈ
यार तेरा पुराना डर की का तू एवें कबाब च हड्डी नहीं बनी हों मालक दीप नू दो घड़ी कल्या खा लैन दे तू इतने मेरे को खड़ जा नहीं मैं उत्थे ठीक हूँ मैं भी इत्थे आउना नहीं था मैं इत्थे ठीक हूँ मोटो दे नखरे नहीं मान हेलो जी आ लैंदा सरपंच तो लिखा के मैं त्या हुण बनाई आधार कार्ड ठीक है चलो आओ मैं कागज तैयार कराते आ जाओ आ जाओ आ जाओ आला फार्म भरया पिया आ जाओ राधा जी आ फार्म भरया पिया त्या सरपंच तो लिया जी आ देख लो अम्मा मन तो डर लगता है अम्मा लदस डर लगण आधार कार्ड बनाउण लई इत्थे तेरा खून लेना अंगूठा लाओ जी ना 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 मारी बट्टी पांचवा तो पढ़ो है गुट्ठा नहीं लगावेगी दस्तखत करेगी गड़े चकड़े च करका नहीं नहीं ओ शाही वाला नहीं हैगा ए मशीन अंगूठा रखना कर हो गया काम ओए मशीन मैं नहीं डालूंगी किसी मशीन में हाथ एक दफो मारो हाथ आ गया था स्लाइम मशीन में तो स्लाइम मशीन नु इत्थे कच्छा से होना अंगूठा लाउना ला दियो जी अंगूठा बस यार जे तुसी इदां करी जाओगे फिर जमीन कितों आएगी तुहाडे नाम ते ओ यार भाई रहन दो काटू तंग करी जाने उना नु ਓਯਾ ਤੂੰ ਤਾਂ ਪਹਿਲਾਂ ਨਹੀਂ ਚਾਹੁੰਦਾ ਜ਼ਮੀਨ ਉਹਨਾਂ ਦੇ ਨਾ ਹੋਵੇ ਕਸਮ ਨੂੰ ਖਬਰ ਥਾਰੋ ਜ਼ਮੀਨ ਦੇਣੀ ਦੋ ਨਹੀਂ ਦੇਣੀ ਤੋ ਨਾ ਦੋ ਮਾਰੇ ਬੱਟੇ ਅੰਗੂਠਾ ਨਹੀਂ ਲਗਾਵੇਗੀ ਸਾਈਨ ਕਰਵਾ ਲਓ ਜਾਂ ਕਰਵਾਣੇ ਆ ਹਾਂ ਚੱਲ ਬੱਟੇ ਆ ਗੱਲ ਤੇ ਸੁਣ ਆਪਣਾ ਰਾਧਾ ਗੰਗਾ ਰਾਧਾ ਗੰਗਾ ਕੀ ਸੁਣਾ ਤੈਨੂੰ ਡੈਡੀ ਨੂੰ ਝੂਠ ਬੋਲਣ ਦੀ ਲੋੜ ਹੀ ਕੀ ਸੀ ਜੇ ਨਹੀਂ ਸੀ ਜ਼ਮੀਨ ਤੇਰੇ ਕੋਲ ਤੇ ਮੈਨੂੰ ਤਾਂ ਦੱਸ ਦਿੰਦਾ ਨਾ ਯਾਰ ਮੈਂ ਨਾ ਤੈਨੂੰ ਬਹਿ ਕੇ ਸਾਰੀ ਗੱਲ ਸਮਝਾਉਂਗਾ ਮੈਂ ਕਿ ਤੈਨੂੰ ਪਤਾ ਵੀ ਹੈ ਤੂੰ ਕਿੰਨਾ ਦੀ ਜ਼ਮੀਨ ਦਿਖਾ ਕੇ ਆਇਆ ਡੈਡੀ ਨੂੰ ਮੈਂ ਨਾ ਬੱਲੀ ਜੀ ਪਲੀਜ਼ ਬੱਲੀ ਜੀ ਛੋੜੋ ਨਾ ਪਲੀਜ਼ ਬੱਲੀ ਜੀ ਪਲੀਜ਼ ਬੱਲੀ ਜੀ ਛੋੜੋ ਨਾ ਬੱਲੀ ਬੱਲੀ ਛੱਡ ਦੇ ਉਹਨੂੰ ਬੱਲੀ ਉਹ ਕਹਿ ਰਹੀ ਹੈ ਨਾ ਛੱਡ ਦੇ ਤਾਂ ਛੱਡ ਦੇ ਨਾ घर वाला छो फिर उसे मैं तेन छा तू कि जाएगी छोड़ो ना बली जी ये क्या कर रहे हो नीचे सभी बैठे हैं तो कोई गल नहीं राधा तू एक करी हां कर मैं टब्बर वाले की दाल ची सल्फास पा देनी पागल हो गए सरदार जी लोग तो गर्मे रखे एक बाहर रखे तुम हो जो दोनों गर्मे रखने की बात कर रहे हो दो घर वाली रखना गैर कानूनी होता है हाँ हाँ तो दो गैर कानूनी है ना डेढ़ दे किसी कानून च नहीं आंदियां तू एक तो वधी है वैसे भी ना ਆਪਾਂ ਉਹਦੀ ਛੱਡੀ ਦੇਣੀ ਹੈ ਫਿਰ ਇੱਕ ਤੂੰ ਤੇ ਇੱਕ ਮੈਂ ਤੇ ਇੱਕ ਤੂੰ ਬਾ ਬੋਲੇ ਨਾ ਨਾ ਸਰਦਾਰ ਜੀ ਮੈਂ ਆਪਣੇ ਮਾਈਕੇ ਮੈਂ ਕਿਆ ਮੂੰਹ ਦਿਖਾਉਂਗੀ ਸੇਮ ਮੂੰਹ ਹੀ ਵਿਖਾਣਾ ਕਿਉਂਕਿ ਸਹੁਰੇ ਵੀ ਤਾਂ ਸੇਮ ਹੀ ਹੈ ਨਾ ਤੂੰ ਆਪਣੇ ਮਾਈਕੇ ਬਸ ਇਹੀ ਜਾ ਕੇ ਕਹਿਣਾ ਮੈਂ ਆਪਣਾ ਹਸਬੈਂਡ ਅਪਗ੍ਰੇਡ ਕਰਾਇਆ ਛੋਟਾ ਜਮਾ ਕਰਾ ਕੇ ਤੇ ਮੈਂ ਵੱਡਾ ਇਸ਼ੂ ਕਰਾ ਲਿਆ ਰਹੀ ਤੇ ਭੁੱਲਰ ਦੀ ਭੁੱਲਰ ਹੀ ਨੋ ਮੈਂ ਸੋਚ ਕੇ ਬਤਾਉਂਗੀ ਚਲੋ ਉਹ ਜਿਹੜਾ ਸੋਚ ਕੇ ਲਿਆ ਉਹ ਬੜਾ ਬਾਜੀ ਰੋ ਲੈ ਲਿਆ ਪਹਿਲਾਂ ਤੂੰ ਕਿਤੇ ਜਿੱਥੇ ਉਹਦੀ ਭੁੱਕੀ ਮੁੱਕ ਜਾਂਦੀ ਉੱਥੇ ਬਹਿ ਜਾਂਦਾ ਫਿਰ ਕਿਆ ਹੋਇਆ ਹੈ ਤੁਹਾਡਾ ਘਰ ਵਾਲਾ ਹੀ ਨਾ ਪਰ ਸਾਡਾ ਵੀ ਤੇ ਭਰਾ ਹੀ ਹੈ ਨਾ ਪਰ ਜੋ ਹੈ ਸੋ ਹੈ ਮੇਰੀ ਸੁਣ ਗੱਲ ਮੈਂ ਤੇਰੇ ਤਲਾਕ ਦੇ ਪੇਪਰ ਤਿਆਰ ਕਰਾਉਣਾ ਤੂੰ ਆਪੋ ਕੀ ਖਾਣੇ ਕੋਲੋਂ ਨਾ ਦੋ ਕਲਾਂ ਤਾਂ ਜੀ ਪਾ ਕੇ ਸਾਈਨ ਕਰਾ ਇੱਧਰੋਂ ਮੈਂ ਗਿੱਠੀ ਜੀ ਨੂੰ ਛੱਡਣ ਦਾ ਜੁਗਾੜ ਕਰਦਾ ਠੀਕ ਹੈ ਠੀਕ ਹੈ ਆਈ ਲਵ ਯੂ ਟੂ है था मेरे चाचा चाची पर इस प्यार को मैं क्या नाम दूं कोई ना क्यों हो गया ओ बल्ली गंगो जल्दी जाओ बचाओ उन्हें ओ शगन वाले दिने की कर लगियां ने शगन नहीं बस शगन करन चलियां मरन चलियां दोवे ए क्यों मरन गईयां इन्हां नु की होया ओ रुको की कहया तू इन्हां नु ओ मैं कुछ नहीं किया सगो मेरी सास कहंदी कि तू उन्हें जीन नहीं दिंदा मैं पर मैं तां इहो जी कोई हरकत भी कीती जिदे करके उन्हें मरना पवे ओ भी स्वेती ओ ती तां इन्हां ने फड़ ली सी ओ बली ओ डिग चली सी ते मैं फड़ लई ओ साले अजे फांडिया तां हुण फड़ नहीं मर जानगी आ भज ले ओ गंगू ਮੈਨੂੰ ਪਹਿਲਾਂ ਹੀ ਪਤਾ
ਅਸੀਂ ਕੋਈ ਨਹੀਂ ਖੜੂ ਨਾਲ ਸਾਰੋ ਚਾਹੁੰਦੇ ਹੀ ਨਹੀਂ ਕਿ ਮੇਰਾ ਵਿਆਹ ਹੋਵੇ ਬੰਨੋ ਬਰਾਤੀਆਂ ਨਾਲ ਤੂੰ ਵੀ ਠੀਕ ਹੈ ਘੱਟੋ ਘੱਟ ਨਾਲ ਤਾਂ ਖੜੀ ਹੈ ਵਿਆਹ ਤਾਂ ਹੋਊ ਗੋਗੀ ਦਾ ਮੈਂ ਵੀ ਵੇਖਦਾ ਕੌਣ ਰੋਕਦਾ ਵਿਆਹ ਲਾ ਵੀ ਕੁੜੀਓ ਆ ਗਈ ਬਰਾਤ ਤੇਰੇ ਪੁੱਤਰ ਰਿਬਨ ਕਟਵਾਉਣ ਦੀ ਤਿਆਰੀ ਸ਼ਾਬਾਸ਼ ਕਰੋ ਵੇ ਕਰੋ ਕਮਲੇ ਹੋਏ ਪਏ ਸਾਰੇ ਉਹ ਇਹ ਕਿੱਧਰ ਚਲੇ ਗਏ ਸਤਿ ਸ਼੍ਰੀ ਅਕਾਲ ਢਿੱਲੋ ਪਹਿਲੇ ਸਹੀ ਹੈ ਉਹ ਗੋਗੀ ਤੂੰ ਉਹ ਡੈਡੀ ਤੁਸੀਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਤੂੰ ਇਕੱਲਾ ਹੀ ਆ ਗਿਆ ਰਾਤ ਨੂੰ ਥੋੜ੍ਹਾ ਕੰਮ ਪੈ ਗਿਆ ਸੀ ਕਹਿੰਦੇ ਸ਼ਾਮੀ ਇਕੱਠੇ ਹੋ ਜਾਵਾਂਗੇ ਕੋਈ ਨਾ ਆਪਾਂ ਅੱਛਾ ਉਹ ਘੋੜੀ ਵਾਲੇ ਨੂੰ ਕੌਂਜਾ ਸਦੋਂਗੇ ਦਾਜ ਚੋਂ ਕੱਟ ਲਿਓ ਜੈਲਸੇ ਹਾਂ ਮੁੰਡਾ ਤਾਂ ਪਾਗਲ ਲੱਗਦਾ ਹੈ ਰਿਪੋਰਟ ਲਿਖਾਉਣੀ ਹੈ ਜੀ ਆ ਮੇਰੀ ਬੱਚੀ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ ਆਓ ਇੱਧਰ ਆ ਜਾਓ ਹਾਂਜੀ ਬੋਲੋ ਜੀ ਬੱਲੀ ਤੂੰ ਥੋੜੀ ਮਰ ਗਈ ਹਾਂ ਉਹ ਬੱਲੀ ਤੂੰ ਬੱਲੀ ਤੂੰ ਬੱਲੀ ਤੂੰ ਓਏ ਬੱਲੀ ਤੂੰ ਕੀ ਲਾਈ ਹੈ ਅੱਗੇ ਵੀ ਵਧੋ ਬੱਲੀ ਤੂੰ ਇਹ ਕੀ ਬਣਿਆ ਫਿਰਦਾ ਹੈ ਓਏ ਬੱਲੀ ਨਹੀਂ ਇਹ ਰਾਧਾ ਹੈ ਗੰਗਾ ਦੀ ਧੀ ਰਾਧਾ ਕੌਣ ਰਾਧਾ ਇਹ ਤੇ ਬਲਵਿੰਦਰ ਸਿੰਘ ਹੈ ਓਏ ਸ਼ਰਮ ਨਹੀਂ ਆਉਂਦੀ ਕੀ ਬਣਿਆ ਫਿਰਦੀ ਤੂੰ ਪਹਿਲਾਂ ਤੂੰ ਮੈਨੂੰ ਲੋਕਾਂ ਦੀਆਂ ਜ਼ਮੀਨਾਂ ਵਿਖਾਉਣ ਲਈ ਲੈ ਗਿਆ ਕਦੀ ਤੂੰ ਜਨਾਨੀ ਬਣਿਆ ਫਿਰਦਾ ਇਹ ਚੱਕਰ ਕੀ ਆ ਓਏ ਓਏ ਬਲਵਿੰਦਰ ਸਿੰਘ ਯਾਨੀ ਹੈ ਮੁੰਡਾ ਹਾਂਜੀ ਔਰ ਕੋਡੀ ਓ ਭੈਣ ਨੂੰ ਓਏ ਕਿਹੋ ਜੀ ਮਾਂ ਤੂੰ ਸ਼ਰਮ ਨਹੀਂ ਆਉਂਦੀ ਤੈਨੂੰ ਹਾਂ ਮੁੰਡੇ ਨੂੰ ਕੁੜੀ ਬਣਾ ਕੇ ਲਈ ਫਿਰਦੀ ਹੈ ਤੁਸੀਂ ਕਿਹਨੂੰ ਇਹਦੀ ਮਾਂ ਬਣਾ ਰਹੇ ਹੋ ਜੀ ਇਹ ਤਾਂ ਇਹਦਾ ਦੋਸਤ ਹੈ ਸਾਰੀ ਓ ਬੱਲੀ ਓਏ ਇਹ ਵੀ ਮੁੰਡਾ ਹਾਂਜੀ ਓ ਥੋੜੀ ਓ ਮਾਂ ਨੂੰ ਓਏ ਇਹ ਕੀ ਡਰਾਮਾ ਹੈ ਹੈ
आ लाओ सुहांग जा, चलो खड़े हो जाओ, चलो जाओ। लाओ चाटे। ओह, ओह, ओह थोड़ा। जीते पुत पा 420 दा पर्चा इना ते पहुंची जल्दी पाओ। रुक जाओ जनाब, इना दा कोई कसूर नहीं। दलजीत मैनू ते पहले ही पता हैगा सी आ दोनों मुंडे ने। मेरी तना सीबीआई ने स्पेशल ड्यूटी लाई सी, मैं ता थोड़ा इना दे पीछे पीछे। केड़ी तेरी मां सीबीआई च लगी है जिने तेरी ड्यूटी लाती? तैनू ता कोई होमगार्ड ना पूछे। ਲੈ ਪੁੱਤ ਮਸਤਾਨਿਆ ਆਪਦੀ ਫਿਲਮ। ਜਨਾਨੀਆਂ ਬੰਦੇ ਨਿਕਲੇ, ਫਿਲਮ ਹੀ ਗਲਤ ਹੋ ਗਈ। ਉਹ ਗੋਗੀ ਪੁੱਤ ਆ ਕਹਿਰ ਨਾ ਗੁਜ਼ਾਰ, ਘੱਟੋ ਘੱਟ ਗੰਗਾ ਵਾਲੇ ਵਰਕੇ ਤਾਂ ਰੱਖ ਲੈ, ਓਏ ਉਹਨਾਂ ਨੂੰ ਪੜ੍ਹ ਕੇ ਮੈਂ ਬਾਕੀ ਦੀ ਜ਼ਿੰਦਗੀ ਗੁਜ਼ਾਰ ਲੂੰਗਾ। ਗੰਗਾ ਬਾਈ ਜੀ। ਓਏ ਗੰਗਾ ਬਣ। ਦੇਖੋ ਬਾਈ ਜੀ, ਅੱਜ ਕੱਲ੍ਹ ਤਾਰੀਖ ਕੋ ਧੰਦੋ ਮੰਦੋ ਚੱਲ ਰਹੇ ਹੋ ਥੋੜੋ। ਥਮੇ ਉਸਕਾ ਮਹੀਨਾ ਬੰਦ ਲਓ, ਸਾਰੀ ਉਮਰ ਗੰਗੋ ਬਣ ਕੇ ਰਹੋ ਥਾਰੀ। ਤੈਨੂੰ ਮੈਂ ਕੁਛ ਨਹੀਂ ਕਹਿਣਾ, ਮੈਂ ਤਾਂ ਘਰੇ ਜਾ ਕੇ ਪਹਿਲਾਂ ਉਹ ਗੁਸਲਖਾਨਾ ਢਾਉਣਾ ਜਿੱਥੇ ਮੈਨੂੰ ਤੇਰੇ ਨਾਲ ਪਿਆਰ ਹੋਇਆ ਸੀ। ਦਫਾ ਹੋ ਜਾ, ਨਹੀਂ ਸਾਲਿਆ ਤੇਰੀ ਗੰਗਾ ਦੀ ਗੰਗੋਤਰੀ ਬਣਾ ਦੂੰ ਮੈਂ। ਗੰਗੋਤਰੀ ਨਹੀਂ ਵੀਰ ਜੀ, ਗੰਗੋਤਾਰੀ।